ਸਬਸਕ੍ਰਾਈਬ ਕਰੋ ਨਿਡਰ ਆਵਾਜ਼ ਟੀਵੀ ਨੂੰ ਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈਲ ਦਾ ਬਟਨ। ਕੱਚਾ ਪੱਕਾ ਪੁਲਿਸ ਨੇ ਲੁਟੇਰੇ ਕੀਤੇ ਕਾਬੂ, ਸੇਲਜ਼ਮੈਨ ਤੋਂ ਖੋਹੇ ਮੋਬਾਈਲ ਤੇ ਬਿਨਾਂ ਨੰਬਰੀ ਮੋਟਰਸਾਈਕਲ ਬਰਾਮਦ। ਪੁਲਿਸ ਥਾਣਾ ਕੱਚਾ ਪੱਕਾ ਨੇ 13 ਲੁੱਟੇ ਹੋਏ ਮੋਬਾਈਲਾਂ ਅਤੇ ਬਿਨਾਂ ਨੰਬਰੀ ਮੋਟਰਸਾਈਕਲ ਸਮੇਤ 3 ਲੁਟੇਰੇ ਕਾਬੂ ਕੀਤੇ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਝਿਰਮਲ ਸਿੰਘ ਨੇ ਦੱਸਿਆ ਕਿ ਮਿਤੀ 22 ਅਪ੍ਰੈਲ 2019 ਨੂੰ ਮੋਬਾਈਲ ਸੇਲਜ਼ਮੈਨ ਬਲਜਿੰਦਰ ਸਿੰਘ ਉਰਫ ਗਗਨ ਪੁੱਤਰ ਸਤਨਾਮ ਸਿੰਘ ਵਾਸੀ ਪੱਟੀ ਤੋਂ ਕਰੀਬ 25 ਮੋਬਾਈਲ ਦਾਤਰ ਦੀ ਨੋਕ 'ਤੇ ਕੱਚਾ ਪੱਕਾ ਨਹਿਰ ਨਜ਼ਦੀਕ ਲੁੱਟ ਲਏ ਗਏ ਸਨ। ਜਦੋਂ ਕਿ ਸਦਰ ਪੱਟੀ ਦੀ ਪੁਲਿਸ ਨੇ ਲੁਟੇਰੇ ਨਿਸ਼ਾਨ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਬੈਂਕਾਂ ਨੂੰ ਕਾਬੂ ਕਰਕੇ ਉਸ ਤੋਂ ਖੋਹ ਕੀਤਾ ਹੋਇਆ ਮੋਟਰਸਾਈਕਲ ਬਰਾਮਦ ਕੀਤਾ ਸੀ, ਜਿਸ ਦੇ ਚੱਲਦਿਆਂ ਇਸ ਲੁੱਟ ਦੇ ਕੇਸ ਦੀ ਗੁੱਤੀ ਸੁਲਝਾਉਣ ਲਈ ਨਿਸ਼ਾਨ ਸਿੰਘ ਨੂੰ ਪੁਲਿਸ ਥਾਣਾ ਕੱਚਾ ਪੱਕਾ ਨੇ ਪ੍ਰੋਡਕਸ਼ਨ ਵਾਰੰਟ 'ਤੇ ਲੈ ਕੇ ਦੌਰਾਨੇ ਤਫਦੀਸ਼ ਉਕਤ ਲੁੱਟ 'ਚ ਸ਼ਾਮਿਲ ਲੁਟੇਰੇ ਤਰਸੇਮ ਸਿੰਘ ਕੌਡਾ ਪੁੱਤਰ ਜਗਤਾਰ ਸਿੰਘ ਅਤੇ ਗੁਰਲਾਲ ਸਿੰਘ ਪੁੱਤਰ ਕਾਲਾ ਵਾਸੀਆਂ ਨੇ ਬੈਂਕਾਂ ਨਾਮਜ਼ਦ ਕਰ ਲਏ ਸਨ, ਜਿਨ੍ਹਾਂ ਨੂੰ ਏਐਸਆਈ ਦਲਬੀਰ ਸਿੰਘ ਨੇ ਦੌਰਾਨੇ ਗਸ਼ਤ ਗੁਰਦੁਆਰਾ ਬਾਬਾ ਭੰਗੜ ਸਿੰਘ ਦਿਆਲਪੁਰ ਤਰਨ ਤਾਰਨ ਰੋਡ ਤੋਂ ਕਾਬੂ ਕੀਤਾ ਹੈ। ਐਸਐਚਓ ਝਿਰਮਲ ਸਿੰਘ ਨੇ ਕਿਹਾ ਕਿ ਇਹਨਾਂ ਨੌਜਵਾਨਾਂ ਨੂੰ ਅਦਾਲਤ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਇਹਨਾਂ ਪਾਸੋਂ ਕਈ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਇਹਨਾਂ ਨੇ ਅਪ੍ਰੈਲ ਮਹੀਨੇ ਦੇ ਵਿੱਚ ਇੱਕ ਨਾ ਮੋਟਰਸਾਈਕਲ ਸਵਾਰ ਜਾਣ ਡਿਆ, ਆਪਣੇ ਮਗਰ ਕਿੱਟ ਪਾਈ ਸੀ। ਉਹ ਫੋਨ ਮੋਬਾਈਲ ਫੋਨ ਨਾ ਦੁਕਾਨਾਂ 'ਤੇ ਵੇਚਣ ਜਾਂਦਾ, ਸੇਲਮੈਨ ਸੀਗਾ ਫੋਨਸ ਕੰਪਨੀ ਵਾਲਿਆਂ ਦਾ। ਉਹਦਾ ਉਹਨੂੰ ਦਾਤਰ ਵਿਖਾ ਕੇ ਇਹਨਾਂ ਤਿੰਨਾਂ ਜਾਣਿਆਂ ਨੇ ਉਹਦਾ ਮੋਟਰਸਾਈਕਲ ਵੀ ਖੋਹ ਲਿਆ ਸੀ, ਕੁੱਲੇ ਲਾਗੇ, ਕੁੱਲੇ ਦੀ ਨਹਿਰ ਲਾਗੇ, ਅਤੇ ਉਹ ਕਿੱਟ ਖੋਲੀ ਸੀ। ਉਹਦੇ ਵਿੱਚ 25-26 ਫੋਨ ਸੀਗੇ। ਇਹ ਹੁਣ ਬੰਦੇ ਫੜੇ ਗਏ ਨੇ ਤਿੰਨੇ ਹੀ, ਅਤੇ ਇਹਨਾਂ ਦੇ ਕੋਲੋਂ ਫੋਨ ਵੀ ਬਰਾਮਦ ਹੋ ਗਿਆ ਜਿਹੜੇ ਖੋਹ ਕੀਤੇ ਸੀ, ਮੋਟਰਸਾਈਕਲ ਵੀ ਬਰਾਮਦ ਹੋ ਗਿਆ। ਇਹ ਪਛਾਣ ਇੱਕ ਨਿਸ਼ਾਨ ਸਿੰਘ ਆ, ਨਿਸ਼ਾਨ ਸਿੰਘ ਪੁੱਤਰ ਸਵਰਨ ਸਿੰਘ ਆ, ਇਹ ਗੁਰਲਾਲ ਸਿੰਘ ਕਾਲਾ ਸਿੰਘ ਦਾ ਮੁੰਡਾ ਵਾ, ਇੱਕ ਤਰਸੇਮ ਕੌਡਾ ਕੌਡਾ ਜਗਤਾਰ ਸਿੰਘ ਦਾ ਲੜਕਾ। ਇਹ ਤਿੰਨੇ ਬੈਂਕੇ ਦੇ ਆ। ਇਹਨਾਂ ਨੇ ਨਹੀਂ ਅਜੇ ਤਫਤੀਸ਼ ਅੱਗੇ ਜਾਰੀ ਆ, ਅਜੇ ਇਹਨਾਂ ਨੂੰ ਆਪਣੇ ਮੁਕੱਦਮੇ ਦੇ ਵਿੱਚ ਪੁੱਛਿਆ ਵਾ, ਅਤੇ ਉਹ ਅਜੇ ਇਹਨਾਂ ਦਾ ਅੱਜ ਹੁਣ ਰਿਮਾਂਡ ਲਵਾਂਗੇ, ਰਿਮਾਂਡ ਲੈ ਕੇ ਫਰਦਰ ਇਨਵੈਸਟੀਗੇਸ਼ਨ ਜਾਰੀ ਆ। ਸਬਸਕ੍ਰਾਈਬ ਕਰੋ ਨਿਡਰ ਆਵਾਜ਼ ਟੀਵੀ ਨੂੰ ਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈਲ ਦਾ ਬਟਨ ਦਬਾਓ।